सीआरपीएफ एक्सीडेंट वेलफेयर एसोसिएशन के सूबा प्रधान हालिया ही कुछ देर पहला पाकिस्तान के दौरे पर गए सन। उत्थे उन्होंने की देखा की महसूस किया? कंडी जी, ये तुहाडा पाकिस्तान का पहला दौरा सी, ते किस जथे नाल तुसी पाकिस्तान विच गए? ये मेरा नमस्कार सारे वीरां नूं। मेरा पाकिस्तान का सब तो पहला दौरा सी, सब तो पहली बारी गए हैं। तो इस टाइम जिहड़ा साडा जथा सी वो पंजाब पुलिस ते प्लस सीआरपीएफ एक्समैन वेलफेयर ऐसे बंदे जवान ही वो साडे होर लोकल वीर ही अहीं रल के ये जथा बनाया। कंडी जी, हिंदुस्तान तो 1947 विच पाकिस्तान अलहदा होया सी, अलग होया सी, की समानतावां जां की डिफरेंस तुसी पाकिस्तान ते इंडिया विच देखिया, किस तरह महसूस कीता तुसी उत्थे जाकर के? उत्थे दा एक तो बहुत वधिया सानू लगा भी जिहड़ी वह लोकां विच मेहमानवाजी कि जिहड़े सानू पाकिस्तानी वीर मिलदे ही उन्होंने चा चढ़ जाता है मिलन लग्या भी ये कोई अपने परिवार के लोग आए। तो इदा ही जिहड़ियां उत्थों दियां फोर्सां सी जिहड़ी उत्थे मुलाजम सी इदा ही सानू उन्होंने डील किया भी यार ये साडे कोई अपने अज आए आ। तो बड़े उन्होंने सानू मान सम्मान बहुत वधिया दिता उत्थों दे लोकां ने ते उत्थों दी पुलिस ने। ਇਹ ਕਿਸ ਤਰ੍ਹਾਂ ਲੱਗਿਆ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਜਾਂ ਪਾਕਿਸਤਾਨ ਦੇ ਲੋਕਾਂ ਵਿੱਚ ਕੋਈ ਡਿਫਰੈਂਸ ਦੇਖਿਆ ਕਿ ਇੱਕੋ ਜਿਹੀ ਮਤਲਬ ਇਨਸਾਨ ਲੱਗਿਆ ਤੁਹਾਨੂੰ? ਨਹੀਂ, ਇਨਸਾਨ ਤਾਂ ਇੱਕੋ ਜਿਹੇ ਆ ਤਕਰੀਬਨ, ਚਲੋ ਸਾਰੇ, ਪਰ ਜਿਹੜੀ ਮਹਿਮਾਨਬਾਜ਼ੀ ਹੈ ਉਹ ਉਹਨਾਂ 'ਚ ਬਹੁਤ ਵਧੀਆ ਹੈ। ਵਿਕਾਸ ਪੱਖੋਂ ਪਾਕਿਸਤਾਨ ਦਾ ਮੇਲ ਕਿਸ ਤਰ੍ਹਾਂ ਕਰੋਗੇ ਤੁਸੀਂ ਹਿੰਦੁਸਤਾਨ ਦੇ ਨਾਲ? ਵਿਕਾਸ ਹਿੰਦੁਸਤਾਨ ਸਾਡਾ ਬਹੁਤ ਅੱਗੇ ਹੈ, ਕਿਉਂ ਜਿਹੜਾ ਬਾਹਲੀ ਸਾਰੀ ਚੀਜ਼ਾਂ ਨੂੰ ਆਪਾਂ ਛੱਡ ਦਈਏ ਅਤੇ ਜੇ ਆਪਾਂ ਬਾਰਡਰ ਦਾ ਕੋਰੀਡੋਰ ਹੀ ਲੈ ਲਈਏ ਅਤੇ ਉੱਥੋਂ ਦਾ ਹੀ ਜਿਹੜੀਆਂ ਬਣੀਆਂ ਇਮਾਰਤਾਂ ਬਣਿਆ ਸਿਸਟਮ ਇੱਕ ਉਹੀ ਝਲਕਦਾ ਹੀ ਵੀ ਹਿੰਦੁਸਤਾਨ ਬਹੁਤ ਅੱਗੇ ਹੈ ਅਤੇ ਪਾਕਿਸਤਾਨ ਬਹੁਤ ਪਿੱਛੇ। ਉਸ ਤਰ੍ਹਾਂ ਦੇ ਉੱਥੋਂ ਦੇ ਲੋਕਾਂ ਦੀ ਪੰਜਾਬੀ ਨਾਲ ਕਿਸ ਤਰ੍ਹਾਂ ਦੀ ਤਾਂਗ ਹੈ? ਉਹ ਕੀ ਚਾਹੁੰਦੇ ਆ ਕਿ ਅਸੀਂ ਦੁਬਾਰਾ ਮਤਲਬ ਵੀ ਸਾਡੇ ਮੁਲਾਕਾਤ ਹੋਵੇ ਜਾਂ ਅਸੀਂ ਦੁਬਾਰਾ ਆਪਣਾ ਜਿਹੜਾ ਸਾਡਾ ਸੱਭਿਆਚਾਰ ਸਾਂਝਾ ਸਾਡੀਆਂ ਰਵਾਇਤਾਂ ਸਾਂਝੀਆਂ, ਕਿ ਉਹ ਤੜਫਦੇ ਨਹੀਂ ਕਿ ਅਸੀਂ ਵੀ ਮਤਲਬ ਪੰਜਾਬ ਦੇ ਵਿੱਚ ਹੁੰਦੇ ਜਾਂ ਇਸ ਤਰ੍ਹਾਂ ਦੀ ਤਰੱਕੀ ਕਰਦੇ ਹਿੰਦੁਸਤਾਨ ਦੇ ਵਿੱਚ, ਜਾਂ ਅਲੱਗ ਹੋਣਾ ਕੋਈ ਠੀਕ ਨਹੀਂ ਸੀ? ਉੱਥੋਂ ਦੇ ਵੀਰ ਜੀ ਬਹੁਤ ਹੀ ਵਧੀਆ ਸਾਨੂੰ ਲੱਗਾ ਵੀ ਸਾਨੂੰ ਕੁਝ ਉੱਥੋਂ ਦੇ ਬਾਜਵਾ ਪਰਿਵਾਰ ਜਿਹੜੇ ਮਿਲੇ ਆ, ਜਿਨ੍ਹਾਂ ਦੇ ਕੋ ਪਰਿਵਾਰ ਸਾਡੇ ਪੰਜਾਬ ਵਿੱਚ ਬਾਰਡਰ ਹਲਕੇ 'ਚ ਰਹਿੰਦੇ ਆ, ਬਟਾਲੇ 'ਚ ਕੁਝ ਹੋਰ ਵੀ ਰਹਿੰਦੇ ਹੋਣਗੇ, ਉਹ ਲੋਕਾਂ ਵਿੱਚ ਬੜੀ ਨਾ ਭਾਵਨਾ ਸੀ ਵੀ ਜੇ ਸਾਡੇ ਬਾਰਡਰ ਖੁੱਲ੍ਹ ਜਾਣ ਤਾਂ ਸਾਡਾ ਵਪਾਰ ਵੱਧ ਜਾਊਗਾ, ਸਾਡੇ ਪਰਿਵਾਰਾਂ ਦੀਆਂ ਜਿਹੜਾ ਤਾਲਮੇਲ ਵੱਧ ਜਾਊਗਾ ਅਤੇ ਉਹਦੇ ਨਾਲ ਅਸੀਂ ਹੋਰ ਤਰੱਕੀ ਕਰ ਸਕਦੇ ਹਾਂ, ਹਿੰਦੁਸਤਾਨ ਦੇ ਨਾਲ ਜੁੜ ਕੇ ਸਾਨੂੰ ਬਿਜ਼ਨਸ ਵੱਧ ਮਿਲੂਗਾ। ਸੱਭਿਆਚਾਰਕ ਵਿਰਾਸਤ ਤੋਂ ਕੀ ਮਹਿਸੂਸ ਕੀਤਾ ਕਿ ਪੰਜਾਬ 'ਚ, ਪਾਕਿਸਤਾਨੀ ਪੰਜਾਬ ਅਤੇ ਹਿੰਦੁਸਤਾਨੀ ਪੰਜਾਬ 'ਚ ਕੋਈ ਫਰਕ ਦੇਖਿਆ? ਸੱਭਿਆਚਾਰ ਵਿੱਚ ਤਾਂ ਤਕਰੀਬਨ ਉਹਨਾਂ ਦਾ ਤਾਲਮੇਲ ਸਾਡੇ ਵਰਗਾ ਹੀ ਹੈ, ਕਿਉਂ ਜਿੱਦਾਂ ਸਾਡੇ ਲੋਕ ਆਪਣੇ ਪੰਜਾਬ ਨੂੰ ਨੇੜਿਓਂ ਹੋ ਕੇ ਖੁਸ਼ੀ ਨਾਲ ਵੇਖਦੇ, ਆਪਣੇ ਸੱਭਿਆਚਾਰ ਦੀਆਂ ਸਿਫਤਾਂ ਕਰਦੇ ਹੈ, ਇੱਦਾਂ ਹੀ ਉਹ ਕਰਦੇ ਹੈ ਵੀ ਯਾਰ ਸਾਡੇ ਪਰਿਵਾਰ ਉੱਧਰ ਚਲ ਗਏ ਹੈ ਅਤੇ ਸਾਡਾ ਸੱਭਿਆਚਾਰ ਵੀ ਜਿਹੜਾ ਸਾਡਾ ਪੰਜਾਬ ਵਾਲਿਆਂ ਦਾ ਸਿਸਟਮ ਹੈ ਇਹ ਬਾਕੀ ਲੋਕਾਂ ਨਾਲ ਨਹੀਂ ਤਾਲਮੇਲ ਖਾਂਦਾ, ਸਾਡਿਆਂ ਪਰਿਵਾਰਾਂ ਦਾ ਜਾਂ ਕੁਦਰਤ ਵੱਲੋਂ ਹੈ ਅਤੇ ਜਾਂ ਕੋ ਰੱਬ ਦੀ ਮਿਹਰ ਹੀ ਹੈ ਵੀ ਇਹਨਾਂ ਦਾ ਇੱਕ ਅਲੱਗ ਹੀ, ਦੋਨਾਂ ਪੰਜਾਬਾਂ ਦਾ ਇੱਕ ਅਲੱਗ ਹੀ ਜਿਹੜਾ ਵਤੀਰਾ ਹੈ। ਪਾਕਿਸਤਾਨ ਦੀ ਵੰਡ ਬਾਰੇ ਉਹਨਾਂ ਦੇ ਕੀ ਵਿਚਾਰ ਹੈ, ਕੀ ਉਹ ਕੀ ਸੋਚਦੇ ਆ ਇਸ ਮਾਮਲੇ ਦੇ ਵਿੱਚ ਵੀ ਕਿ ਅਸੀਂ ਚੰਗਾ ਹੋਇਆ ਜਾਂ ਗਲਤ ਹੋਇਆ? ਉਹ ਕੁਝ ਤਾਂ ਜ਼ਿਆਦਾ ਅਸੀਂ ਡੀਪਲੀ ਨਹੀਂ ਉਹ ਲੋਕਾਂ ਨਾਲ ਗਏ, ਪਰ ਜਿਹੜੀਆਂ ਕੁਝ ਗੱਲਾਂ ਹੋਈਆਂ ਅਤੇ ਹਰ ਬੰਦੇ ਨੇ ਅਫਸੋਸ ਜ਼ਾਹਰ ਕੀਤਾ ਵੀ ਯਾਰ ਇਹ ਨਹੀਂ ਹੋਣਾ ਚਾਹੀਦਾ ਸੀ ਵੀ ਜੇ ਸਾਡਾ ਇੱਕੋ ਹੀ ਸਾਰਾ ਕੁਝ ਸੀਗਾ, ਸਾਰਾ ਕੁਝ ਵਧੀਆ ਚੱਲਣ ਡਿਆ ਸੀ, ਇੰਨਾ ਨੁਕਸਾਨ ਹੋਇਆ ਵੀ ਇਹ ਜੋ ਵੀ ਹੋਇਆ ਮਾੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਅਤੇ ਸਾਡੇ ਇੱਦਾਂ ਹੀ ਪਰਿਵਾਰ ਜਿਹੜੇ ਸਾਡੇ ਸਾਰਾ ਸਿਸਟਮ ਇੱਦਾਂ ਹੀ ਇਕੱਠਾ ਰਹਿੰਦਾ। ਖਾਣ ਪੀਣ 'ਚ ਕੋਈ ਫਰਕ ਸੀ ਜਾਂ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਹੈ ਉਸ ਤਰ੍ਹਾਂ ਦਾ ਪਾਕਿਸਤਾਨੀ ਪੰਜਾਬ 'ਚ? ਨਹੀਂ, ਫਰਕ ਹੈ, ਖਾਣ ਪੀਣ ਦਾ ਵੀ ਫਰਕ ਹੈ, ਸਾਡਾ ਖਾਣ ਪੀਣ ਦਾ ਹੋਰ ਸਿਸਟਮ ਹੈ,
उन्होंने खाण पीन का थोड़ा होर सिस्टम है, क्यों उन्होंने जिदा कुछ साढ़े लोग जोड़े को साफ सुथरे तरीके रहना पसंद करते हैं, पर उतों का जोड़ा रीत रिवाज है वह कुछ होर है, उन्होंने कल्चर है जोड़ा वो कुछ होर है, वो थोड़ा जा अपने नालों डिफरेंट है। तो साढ़े जोड़े उतों के लोग है वो ज़्यादा कुछ देखा कि उन्होंने सफाई नहीं झलकती, चलो चंगे लोग चंगे सारा कुछ है सारा ठीक है, असि खैर कुछ ज्यादा वे टूर से नहीं गए, आए गुरद्वारा साहब करतारपुर साहब नमस्कार कर गए, साडा मकसद ही गुरद्वारा साहब का दर्शन करना, पर जिहड़ा गुरद्वारा साहब का माहौल ही सानू बहुत चंगा लगा, उत्थों साडा आउण नू दिल नहीं करदा सी वी यार गुरु नानक देव पातशाह दी इह जन्म भूमि है ते इत्थे आपां रहना होर थोड़े दिन पसंद करदे सी वी आपां होर रह सकीए थोड़े दिन। कंडी जी, पाकिस्तान दे पॉलिटिशियनां ने राजनीतिक लोकां ने पाकिस्तान दा दिवालिया जां कछूंबर कढ के रख दित्ता है, ते उहदे पाकिस्तान दे ਵਿੱਚ ਹਾਲਾਤ ਬੜੇ ਡੇਂਜਰ ਬਣੇ ਹੋਏ ਆ, ਕੀ ਲੋਕਾਂ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੁਫ਼ਤਗੂ ਕੀਤੀ ਕਿ ਪੰਜਾਬ ਜਿਹੜਾ ਜਿਹੜੇ ਪਾਕਿਸਤਾਨ ਹੈ ਜਿਹੜਾ ਇਹ ਬਹੁਤ ਪਿੱਛੇ ਚਲਾ ਗਿਆ ਹਿੰਦੁਸਤਾਨ ਦੇ ਨਾਲੋਂ? ਨਹੀਂ, ਇੱਦਾਂ ਦਾ ਕੋਈ ਸਾਨੂੰ ਮੌਕਾ ਨਹੀਂ ਮਿਲਿਆ, ਨਾ ਹੀ ਕੋਈ ਇੱਦਾਂ ਦੀ ਕੋਈ ਉੱਥੇ ਗੱਲਬਾਤ ਹੋਈ ਹੈ, ਸਾਡਾ ਤਾਂ ਸਿਰਫ ਸਾਡਾ ਮੇਨ ਤਾਂ ਮਕਸਦ ਸੀਗਾ ਗੁਰਦੁਆਰਾ ਸਾਹਿਬ ਜਾਣ ਦਾ, ਨਾ ਹੀ ਕੋਈ ਸਾਨੂੰ ਇੱਦਾਂ ਦੇ ਉੱਥੇ ਕੋਈ ਲੋਕ ਮਿਲੇ ਹੈ, ਸਿਰਫ ਸਾਨੂੰ ਗੁਰਦੁਆਰੇ ਦੇ ਸੇਵਾਦਾਰ ਅਤੇ ਜਾਂ ਜਿੱਦਾਂ ਅਸੀਂ ਇੱਧਰੋਂ ਪੁਲਿਸ ਵਾਲੇ ਸਾਰੇ ਜਥਾ ਹੈਗਾ, ਇੱਦਾਂ ਜਦੋਂ ਉੱਧਰ ਦੀ ਪੁਲਿਸ ਨੂੰ ਪਤਾ ਲੱਗਾ ਕਿ ਇਹ ਪੰਜਾਬ ਪੁਲਿਸ ਦੇ ਜਾਂ CRPF ਦੇ ਜਵਾਨ ਹੈ, ਅਤੇ ਉਹਨਾਂ ਨੂੰ ਇੱਕ ਫੌਜੀ ਹੋਣ ਦੇ ਨਾਤੇ ਸਾਨੂੰ ਮਾਣ ਸਨਮਾਨ ਵੱਧ ਦਿੱਤਾ, ਬਾਕੀ ਅਸੀਂ ਕੋਈ ਪੋਲੀਟੀਸ਼ਨ ਜਾਂ ਕੋਈ ਹੋਰ ਇਸ 'ਤੇ ਚਰਚਾ ਹੀ ਨਹੀਂ ਕਿਸੇ ਨਾਲ ਕੀਤੀ। ਕੀ ਮੈਸੇਜ ਦੇਣਾ ਚਾਹੋਗੇ ਪਾਕਿਸਤਾਨ ਦੇ ਆਵਾਮ ਅਤੇ ਹਿੰਦੁਸਤਾਨ ਦੇ ਆਵਾਮ? ਉਹ ਮੈਸੇਜ ਤਾਂ ਉਹਨਾਂ ਨੂੰ ਦੋਨਾਂ ਪਾਸਿਆਂ ਨੂੰ ਇਹੀ ਦੇਣਾ ਸਾਨੂੰ ਚਾਹੀਦਾ ਕਿ ਜੇ ਕੋਈ ਸਾਡਾ ਬੰਦਾ ਵੀ ਉੱਧਰ ਜਾਂਦਾ ਹੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਮਸਕਾਰ ਕਰਨ ਜਾਂਦਾ ਹੀ, ਜਿੱਦਾਂ ਉਹ ਸਾਨੂੰ ਮਾਣ ਸਨਮਾਨ ਦਿੰਦੇ ਆ, ਅਤੇ ਇੱਦਾਂ ਹੀ ਜੇ ਕੋਈ ਉਹਨਾਂ ਦਾ ਵੀ ਆਉਂਦਾ ਹੀ ਅਤੇ ਅਸੀਂ ਵੀ ਆਪਣੀ ਹਿੰਦੁਸਤਾਨ ਦੀ ਕੁਆਲਿਟੀ ਨੂੰ ਆਪਾਂ ਵੀ ਦੱਸੀਏ ਕਿ ਸਾਡੇ ਲੋਕਾਂ 'ਚ ਹੀ ਮਹਾਂਬਾਜ਼ੀ ਕਰਨ ਵਿੱਚ ਅਸੀਂ ਵੀ ਕਿੰਨੇ ਸਮਰੱਥ ਹੈ, ਅਤੇ ਸਾਡੇ ਪੰਜਾਬੀ ਲੋਕ ਵੀ ਮਹਿਮਾਨਬਾਜ਼ੀ ਵਿੱਚ ਬਹੁਤ ਅੱਗੇ ਹੈ, ਅਤੇ ਜੇ ਕੋਈ ਉੱਧਰੋਂ ਆਵੇ ਤਾਂ ਸਾਨੂੰ ਮਾਣ ਸਨਮਾਨ ਦੇਣਾ ਚਾਹੀਦਾ, ਜਿੱਦਾਂ ਉਹ ਦਿੰਦੇ ਆ ਉੱਦਾਂ ਹੀ ਸਾਨੂੰ ਦੇਣਾ ਚਾਹੀਦਾ। ਥੈਂਕ ਯੂ ਕੰਡੀ ਜੀ, ਤੁਸੀਂ ਪਾਕਿਸਤਾਨ ਦੌਰੇ 'ਤੇ ਵਾਪਸ ਆਏ, ਸ਼ੁਭਕਾਮਨਾਵਾਂ ਜੀ।